ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ 'ਤੇ। ਅੱਜ ਇੱਕ ਵਾਰ ਫਿਰ ਤੋਂ ਹੈਲਥ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਾਂਗੇ। ਅਸੀਂ ਸ਼ੋਅ ਕੀਤਾ ਸੀਗਾ ਵਿੱਚ ਡਾਕਟਰ ਮੋਨਿਕਾ ਸ਼ਰਮਾ ਜੀ ਦੇ ਨਾਲ, ਉਸ ਤੋਂ ਬਾਅਦ ਬਹੁਤ ਸਾਰੀਆਂ ਇਨਕੁਆਇਰੀਜ਼ ਆਈਆਂ, ਬਹੁਤ ਸਾਰੇ ਮੈਸੇਜਸ, ਕਾਲਸ ਆਈਆਂ, ਔਰ ਸਭ ਨੇ ਰਿਕੁਐਸਟ ਕੀਤੀ ਕਿਉਂਕਿ ਇੱਕ ਹੀ ਸ਼ੋਅ ਦੇ ਵਿੱਚ ਪ੍ਰੋਪਰ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਸੀ। ਸੋ ਸਭ ਦੀ ਰਿਕੁਐਸਟ ਆਈ, ਹੋਰ ਵੀ ਬਹੁਤ ਸਾਰੀ ਜਾਣਕਾਰੀ ਉਹ ਚਾਹੁੰਦੇ ਸੀ, ਇਸੇ ਕਰਕੇ ਇੱਕ ਵਾਰ ਫਿਰ ਤੋਂ ਅੱਜ ਅਸੀਂ ਉਹਨਾਂ ਨੂੰ ਸਪੈਸ਼ਲੀ ਇਨਵਾਈਟ ਕੀਤਾ ਹੈਗਾ ਜੀ। ਸਭ ਤੋਂ ਪਹਿਲਾਂ ਵੈਲਕਮ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਗੱਲ ਕਰਾਂਗੇ। ਅੱਜ ਮੇਨ ਜਿਹੜੀ ਗੱਲ, ਇੱਕ ਵਾਰ ਫਿਰ ਤੋਂ ਮੁੱਦਾ, ਕਿਉਂਕਿ ਪਿਛਲੇ ਟੋਪਿਕ ਦੇ ਵਿੱਚ ਅਸੀਂ ਇਨਫਰਟੀਲਿਟੀ ਨੂੰ ਲੈ ਕੇ ਉਹਨਾਂ ਦੇ ਨਾਲ ਗੱਲ ਕੀਤੀ ਸੀਗੀ। ਸੋ ਇਨਫਰਟੀਲਿਟੀ ਦੇ ਵਿੱਚ ਬੜੀਆਂ ਪ੍ਰੋਬਲਮ, ਜਿਵੇਂ ਅਸੀਂ ਦੇਖਦੇ ਹਾਂ ਕਿ ਟਿਊਬ ਬਲੌਕ ਹੋ ਗਈਆਂ ਨੇ, ਇਹ ਚੀਜ਼ ਜਿਹੜੀ ਆਮ ਸੁਣਨ ਨੂੰ ਮਿਲਦੀ ਹੈ। ਉਸ ਤੋਂ ਬਾਅਦ IVF ਬਾਰੇ ਸੁਜੈਸਟ ਕੀਤਾ ਜਾਂਦਾ ਜਾਂ ਹੋਰ ਵੀ ਬੜੇ ਟ੍ਰੀਟਮੈਂਟ ਦੱਸੇ ਜਾਂਦੇ ਨੇ, ਪਰ ਆਯੁਰਵੇਦ ਦੇ ਵਿੱਚ ਇਹਦਾ ਟ੍ਰੀਟਮੈਂਟ ਕੀ ਹੈਗਾ, ਤਾਂ ਕਿ ਅਸੀਂ ਇੱਦਾਂ ਦੀਆਂ IVF ਵਰਗੀਆਂ ਚੀਜ਼ਾਂ ਤੋਂ ਬਚ ਜਾਈਏ, ਇਹਨਾਂ ਦੇ ਕੀ ਫਾਇਦੇ ਹੋ ਸਕਦੇ ਨੇ, ਨੁਕਸਾਨ ਹੋ ਸਕਦੇ ਨੇ, ਕਿੱਦਾਂ ਦਾ ਟ੍ਰੀਟਮੈਂਟ ਰਹੇਗਾ, ਕੀ ਸਿਮਟਮਸ ਰਹਿਣਗੇ, ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਵੈਲਕਮ ਕਰ ਲੈਂਦੇ ਹਾਂ, ਵੈਲਕਮ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ, ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਅਸੀਂ ਤੁਹਾਡੇ ਨਾਲ ਇਨਫਰਟੀਲਿਟੀ ਬਾਰੇ ਗੱਲਬਾਤ ਕੀਤੀ ਸੀ, ਉਹਦੇ ਵਿੱਚ ਤੁਸੀਂ ਵਰਡ ਯੂਜ਼ ਕੀਤਾ ਸੀ ਟਿਊਬਲ ਬਲੌਕੇਜ, ਹੈ ਨਾ, ਜੋ ਅੱਜ ਕੱਲ੍ਹ ਨੋਰਮਲੀ ਅਸੀਂ ਦੇਖਦੇ ਹੈਗੇ ਕਿ ਸੁਣਨ ਨੂੰ ਮਿਲਦਾ ਕਿ ਫੀਮੇਲਸ ਦੇ ਵਿੱਚ ਜੇ ਇਨਫਰਟੀਲਿਟੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਅਤੇ ਟਿਊਬਸ ਬਲੌਕ ਹੋ ਚੁੱਕੀਆਂ ਨੇ, ਉਸ ਤੋਂ ਬਾਅਦ IVF ਬਾਰੇ ਸੁਜੈਸਟ ਕੀਤਾ ਜਾਂਦਾ ਅਤੇ, ਪਰ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗੀ ਕਿ ਕਾਰਨ ਕੀ ਹੈਗਾ, ਅੱਜ ਦੇ ਟਾਈਮ ਦੇ ਵਿੱਚ ਕਿਉਂ ਇੰਨਾ ਇਸ਼ੂ ਇਹ ਜਿਹੜਾ ਵੱਧਦਾ ਜਾ ਰਿਹਾ, ਟਿਊਬ ਬਲੌਕ ਦੀ ਅਸੀਂ ਮੇਨ ਗੱਲ ਕਰਦੇ ਹਾਂ ਪਹਿਲਾਂ। ਦੇਖੋ, ਟਿਊਬਲ ਜਿਹੜੀਆਂ ਸਾਡੀਆਂ ਟਿਊਬਸ ਨੇ ਬਹੁਤ ਮੇਨ ਰੋਲ ਪਲੇ ਕਰਦੀਆਂ ਨੇ ਪ੍ਰੈਗਨੈਂਸੀ ਹੋਣ ਦੇ ਵਿੱਚ, ਔਰ ਟਿਊਬ ਬਲੌਕੇਜ ਦਾ ਕਈ ਕਾਰਨ ਹੋ ਸਕਦੇ ਨੇ, ਜਿਸ ਤਰ੍ਹਾਂ ਕਿ ਪਾਸ ਦੇ ਵਿੱਚ ਕੋਈ ਇਨਫੈਕਸ਼ਨ, ਅਗਰ ਕਿਸੇ ਫੀਮੇਲ ਨੂੰ ਕੋਈ ਕਿਸੇ ਤਰ੍ਹਾਂ ਦਾ STD ਜਾਂ ਸੈਕਸੁਅਲ ਟ੍ਰਾਂਸਮਿਟਿਡ ਡਿਜ਼ੀਜ਼ ਹੋਇਆ ਹੋਵੇ ਤਾਂ ਉਹ ਵੀ ਕਾਰਨ ਹੋ ਸਕਦਾ ਹੈ, ਜਾਂ PID ਜਿਹੜਾ ਕਿ ਜਿਹਨੂੰ ਅਸੀਂ ਪੈਲਵਿਕ ਇਨਫਲਾਮੇਟਰੀ ਡਿਜ਼ੀਜ਼ ਕਹਿੰਦੇ ਹਾਂ, ਅਗਰ ਉਹ ਵੀ ਕਿਸੇ ਫੀਮੇਲ ਨੂੰ ਪਾਸ 'ਚ ਲੌਂਗ ਡਿਊਰੇਸ਼ਨ ਦੇ ਵਿੱਚ ਰਿਹਾ ਹੋਵੇ, ਜਿਸ ਤਰ੍ਹਾਂ ਕਿ ਅਸੀਂ ਸੁਣਿਆ ਬੜੀਆਂ ਫੀਮੇਲਸ ਕਹਿੰਦੀਆਂ ਨੇ ਸਾਡੇ ਮੇਰੇ ਫਲੈਂਕਸ 'ਚ ਪੇਨ ਹੁੰਦੀ ਰਹਿੰਦੀ ਹੈ, ਜਾਂ ਉਹਨਾਂ ਦੇ ਆਫ ਐਂਡ ਔਨ ਪੇਨ ਹੁੰਦੀ ਹੈ, ਰੈਕਰੈਂਟ ਯੂਰਿਨ ਇਨਫੈਕਸ਼ਨਸ ਹੁੰਦੀਆਂ ਨੇ, ਉਹਨਾਂ ਦਾ ਰੀਜ਼ਨ ਕਿਤੇ ਨਾ ਕਿਤੇ PID ਹੁੰਦਾ, ਔਰ ਅਗਰ ਉਹ PID ਪ੍ਰੋਲੋਂਗ ਕਿਸੇ ਸਟੇਜ 'ਤੇ ਰਹੇਗਾ ਤਾਂ ਉਹ ਲੇਟਰ ਔਨ ਉਹ ਅੱਗੇ ਇੱਕ ਰੀਜ਼ਨ ਹੋ ਸਕਦਾ ਹੈ ਟਿਊਬਲ ਬਲੌਕੇਜ ਦਾ। ਓਕੇ, ਸੋ ਇਹ ਵਾਲੇ ਰੀਜ਼ਨ ਜਿਹੜੇ ਉਹ ਹੋ ਸਕਦੇ। ਅੱਛਾ ਮੈਮ, ਇਹਦੇ ਕੋਈ ਸਿਮਟਮਸ ਨਜ਼ਰ ਆਉਂਦੇ ਨੇ ਸਾਨੂੰ, ਜਾਂ ਚੈੱਕਅਪ ਤੋਂ ਬਾਅਦ ਹੀ ਪਤਾ ਚੱਲਦਾ ਹੈ, ਜਾਂ ਪਹਿਲਾਂ ਵੀ ਦੇਖ ਸਕਦੇ? ਦੇਖੋ, ਐਸ ਸੱਚ ਇਹਦਾ ਕੋਈ ਸਿਮਟਮ ਨਹੀਂ ਹੁੰਦਾ, ਕਿਸੇ ਕਿਸੇ ਫੀਮੇਲਸ ਦੇ ਵਿੱਚ ਉਹਨਾਂ ਨੂੰ ਪੇਨ ਫੀਲ ਹੁੰਦੀ, ਈਵਨ ਕਿ ਇਹਦੇ ਵਿੱਚ ਤਾਂ ਉਹਨਾਂ ਦੇ ਓਵੂਲੇਸ਼ਨ ਔਰ ਸਭ ਨੋਰਮਲ ਹੁੰਦਾ, ਮਤਲਬ ਉਹਨਾਂ ਦੇ ਸਾਈਕਲ ਵੀ 28 ਡੇਜ਼ ਰਹੇਗਾ, ਔਰ ਉਹਨਾਂ ਨੂੰ ਕੋਈ ਫੀਲ ਨਹੀਂ ਹੋਏਗਾ ਫੀਮੇਲ ਨੂੰ ਕਿ ਮੈਨੂੰ ਕੋਈ ਪ੍ਰੋਬਲਮ ਹੈ। ਕਿਸੇ ਕਹਿ ਲਓ ਆਪ 2 of the 20 ਕੇਸਿਸ ਦੇ ਵਿੱਚ ਕਿਸੇ ਵੇਲੇ ਕਿਸੇ ਕੋਈ ਫੀਮੇਲ ਕਹੇਗੀ ਕਿ ਮੈਨੂੰ ਪੇਨ ਰਹਿੰਦੀ ਹੈ ਜਾਂ ਕੁਛ ਇਸ ਤਰ੍ਹਾਂ ਦੀ ਪ੍ਰੋਬਲਮ, ਅਦਰਵਾਈਜ਼ ਸਿਮਟਮ ਕੋਈ ਨਹੀਂ ਹੁੰਦਾ। ਜਦੋਂ ਪੇਸ਼ੈਂਟ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰਵਾਉਂਦੇ ਹਾਂ, HSG ਗ੍ਰਾਮ ਕਰਵਾਉਂਦੇ ਹਾਂ, ਉਹਦੇ ਵਿੱਚ ਹੀ ਪਤਾ ਚੱਲ ਪਾਉਂਦਾ, ਕਿਉਂਕਿ ਉਹਨਾਂ ਨੂੰ ਕੰਸੀਵ ਕਰਨ ਲਈ ਉਹ ਟਰਾਈ ਕਰ ਰਹੇ ਹੁੰਦੇ ਨੇ, ਔਰ 1 ਈਅਰ ਤੋਂ ਬਾਅਦ ਜਦੋਂ ਹੋ ਜਾਂਦਾ ਹੈ ਅਤੇ ਜਦ ਪੇਸ਼ੈਂਟ ਸਾਨੂੰ ਅਪਰੋਚ ਕਰਦਾ ਅਤੇ ਫਿਰ ਸਾਡੇ ਦਿਮਾਗ 'ਚ ਆਉਂਦਾ ਹੈ ਕਿ ਇਟ ਮੇ ਬੀ ਜਿਹੜਾ ਰੀਜ਼ਨ ਹੈ ਇੱਥੇ HSV ਹੋ ਸਕਦਾ, ਟਿਊਬਲ ਬਲੌਕੇਜ ਵੀ ਹੋ ਸਕਦੀ ਹੈ, ਫਿਰ ਅਸੀਂ ਉਹਨਾਂ ਨੂੰ HSG ਗ੍ਰਾਮ ਕਹਿੰਦੇ ਹਾਂ, ਔਰ ਉਹਦੇ ਵਿੱਚ ਜਦੋਂ ਉਹਨਾਂ ਦੀ ਸਪਿਲ ਜਿਹੜੀ ਹੈ ਫ੍ਰੀ ਨਹੀਂ ਹੁੰਦੀ ਤਾਂ ਫਿਰ ਪਤਾ ਚੱਲ ਜਾਂਦਾ ਕਿ ਇਹਨਾਂ ਨੂੰ ਟਿਊਬਲ ਬਲੌਕੇਜ ਹੀ ਹੈ। ਬਿਲਕੁਲ ਜੀ, ਸੋ ਪਹਿਲਾਂ ਕੋਈ ਸਿਮਟਮਸ ਨਹੀਂ ਹੈ, ਜਦੋਂ ਆਲਮੋਸਟ ਕੰਸੀਵ ਕਰਨਾ ਹੁੰਦਾ ਹੈ, ਜਦੋਂ ਪਤਾ ਲੱਗਦਾ ਹੈਗਾ ਕਿ ਇਨਫਰਟੀਲਿਟੀ ਦਾ ਸ਼ਿਕਾਰ ਹੋ ਗਿਆ, ਫਿਰ ਜਦੋਂ ਆਪਾਂ ਚੈੱਕਅਪ ਕਰਵਾਉਂਦੇ ਹਾਂ ਫਿਰ ਹੀ ਜਾ ਕੇ ਸਾਨੂੰ ਕਿਤੇ ਨਾ ਕਿਤੇ ਪਤਾ ਲੱਗਦਾ। ਸੋ ਬਿਲਕੁਲ ਜੀ, ਜੇਕਰ ਇੱਦਾਂ ਦੀ ਪ੍ਰੋਬਲਮ ਤੁਹਾਨੂੰ ਵੀ ਫੇਸ ਕਰਨੀ ਪੈ ਰਹੀ ਹੈ ਇਨਫਰਟੀਲਿਟੀ ਦੀ, ਚਾਹੇ ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਟਿਊਬਲ ਬਲੌਕੇਜ ਦੀ ਗੱਲ ਕਰ ਰਹੇ, ਕੋਈ ਵੀ ਇੱਦਾਂ ਦਾ ਇਸ਼ੂ ਤੁਹਾਨੂੰ ਆ ਰਿਹਾ ਅਤੇ ਤੁਸੀਂ ਜਿਹੜੇ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰ ਸਕਦੇ ਹੈਗੇ ਹੋ। ਬਾਕੀ ਜੀ, ਐਂਟੀਕੇਅਰ ਐਪ ਜਿਹੜੀ ਹੈ ਉਸਨੂੰ ਡਾਊਨਲੋਡ ਕਰ ਸਕਦੇ ਹੋ, ਉਸ 'ਤੇ ਵੀ ਤੁਹਾਨੂੰ ਬਹੁਤ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਮਿਲ ਜਾਏਗੀ। ਐਂਟੀਕੇਅਰ ਐਪ, ਇਸ ਨੂੰ ਤੁਸੀਂ ਡਾਊਨਲੋਡ ਕਰਨਾ ਬਿਲਕੁਲ ਨਹੀਂ ਭੁੱਲਣਾ। ਡਾਕਟਰ ਨਵਦੀਪ ਸ਼ਰਮਾ ਯੂਟਿਊਬ ਚੈਨਲ 'ਤੇ ਜ਼ਰੂਰ ਚੈੱਕ ਕਰਿਆ ਕਰੋ, ਬਹੁਤ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਉਹ ਵੀ ਮਿਲ ਜਾਏਗੀ। ਅੱਛਾ ਮੈਮ, ਹੁਣ ਕਿਉਂਕਿ ਸਾਡੀ ਵਿਊਅਰਸ ਜਿਹੜੇ ਫੋਰਨ ਰਹਿੰਦੇ ਨੇ, ਜੇਕਰ ਬਾਈ ਚਾਂਸ ਉਹਨਾਂ ਨੇ ਤੁਹਾਡੇ ਨਾਲ ਟਾਈਪ ਕਰਨਾ ਹੋਵੇ, ਮਿਲਣਾ ਹੋਵੇ ਜਾਂ ਫੋਨ 'ਤੇ ਹੀ ਗੱਲ ਕਰਨੀ ਹੋਵੇ, ਤਾਂ ਕਿੱਦਾਂ ਪੋਸੀਬਲ ਕਿੱਦਾਂ ਹੈਗਾ? ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ, ਸਾਡੀ ਉੱਥੇ 24/7 ਹੈਲਪਲਾਈਨ ਨੰਬਰ ਹੈ ਸਾਡਾ, ਔਰ ਉੱਥੇ ਡਾਕਟਰਸ ਅਵੇਲੇਬਲ ਹੁੰਦੇ ਨੇ 24/7, ਔਰ ਉਹ ਕੰਟੈਕਟ ਕਰ ਸਕਦੇ, ਕਿਸੇ ਵੀ ਨੰਬਰ 'ਤੇ ਰਿੰਗ ਕਰ ਸਕਦੇ, ਔਰ ਫਿਰ ਸਾਡੀ ਬੈਕ ਐਂਡ ਡਾਕਟਰਸ ਟੀਮ ਜਿਹੜੀ ਉਹਨਾਂ ਦੀ ਹਿਸਟਰੀ ਟੇਕਿੰਗ ਔਰ ਰਿਪੋਰਟਸ ਵਗੈਰਾ ਉਹਨਾਂ ਦੀਆਂ ਮੰਗਵਾ ਕੇ ਫਿਰ ਅਸੀਂ ਐਨਾਲਿਸਿਸ ਕਰਕੇ ਉਹਨਾਂ ਨਾਲ ਗੱਲ ਕਰਕੇ ਫਿਰ ਦੈਟ ਵੇ ਅਸੀਂ ਇਹਨਾਂ ਨੂੰ ਗਾਈਡ ਕਰ ਦਿੰਦੇ ਹਾਂ ਮੈਡੀਸਨ ਗਾਈਡ। ਬਿਲਕੁਲ ਜੀ, ਉਹੀ ਜਿਵੇਂ ਮੈਂ ਕਿਹਾ ਕਿ ਨੰਬਰ ਜਿਹੜੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਹੀ ਤੁਸੀਂ ਕਾਲ ਕਰਨੀ ਹੈਗੀ ਆ ਪ੍ਰੋਪਰ ਜਾਣਕਾਰੀ, ਈਵਨ ਸੈਂਟਰਸ ਜਿਹੜੇ ਨੇ। ਅੱਛਾ ਮੈਮ, ਜਦੋਂ USA ਦੇ ਵਿੱਚ ਸਾਡੇ ਬਹੁਤ ਸਾਰੇ ਵਿਊਜ਼ ਦੇਖ ਰਹੇ ਨੇ, ਉੱਥੇ ਜਿਹੜੇ
ਸੈਂਟਰਸ ਨੇ ਉੱਥੇ ਵੀ ਪਹੁੰਚ ਸਕਦੇ ਆ, ਇਨਫਰਟੀਲਿਟੀ ਦਾ ਪ੍ਰੋਪਰ ਟ੍ਰੀਟਮੈਂਟ ਉੱਥੇ ਵੀ ਕੀਤਾ ਜਾਂਦਾ? ਹਾਂਜੀ ਬਿਲਕੁਲ ਜੀ, ਕਿਉਂਕਿ ਅਸੀਂ ਓਰਲ ਮੈਡੀਕੇਸ਼ਨਸ ਹੀ ਦਿੰਦੇ ਹਾਂ। ਓਕੇ, ਔਰ ਸਾਡੇ ਉੱਥੇ ਵੀ ਡਾਕਟਰ ਸੇਠੀ ਨੇ ਨਿਊਯਾਰਕ ਦੇ ਵਿੱਚ, ਉਹਨਾਂ ਨਾਲ ਵੀ ਉਹ ਗੱਲ ਕਰ ਸਕਦੇ, ਜਿਹੜਾ ਨੰਬਰ 516 ਵਾਲਾ ਆ ਰਿਹਾ ਹੈ ਉਹ ਡਾਕਟਰ ਰਾਜੀਵ ਸੇਠੀ ਦਾ ਨੰਬਰ ਹੈ, ਉਹਨਾਂ ਨਾਲ ਗੱਲ ਕਰ ਸਕਦੇ ਨੇ। ਅਦਰਵਾਈਜ਼ ਜਿਹੜੇ ਬਾਕੀ ਹੈਲਪਲਾਈਨ ਨੰਬਰਸ ਨੇ ਉੱਥੇ ਸਾਡੇ 24/7 ਡਾਕਟਰਸ ਅਵੇਲੇਬਲ ਨੇ, ਔਰ ਟ੍ਰੀਟਮੈਂਟ ਕਿਉਂਕਿ ਓਰਲ ਹੈ ਤਾਂ ਕਿਤੇ ਵੀ ਬੈਠੀ ਫੀਮੇਲ ਜਿਹੜੀ ਉਹ ਲੈ ਸਕਦੀ ਹੈ। ਬਿਲਕੁਲ ਜੀ, ਕਿਤੇ ਨਾ ਕਿਤੇ ਇਹ ਵੀ ਹੋ ਜਾਂਦਾ ਹੈਗਾ ਕਿ ਫੀਮੇਲਸ ਖੁੱਲ੍ਹ ਕੇ ਜਿਹੜਾ ਗੱਲ ਨਹੀਂ ਕਰ ਪਾਉਂਦੀਆਂ ਇਸ ਬਾਰੇ, ਅਤੇ ਇਹ ਵੀ ਬੜਾ ਸਹੀ ਰਹੇਗਾ ਕਿਉਂਕਿ ਪ੍ਰੋਪਰ ਜਿਹੜਾ ਟ੍ਰੀਟਮੈਂਟ ਤੁਸੀਂ ਘਰ ਬੈਠੇ ਵੀ ਲੈ ਸਕਦੇ ਹੋ, ਜੇ ਸੈਂਟਰਸ ਦੇ ਵਿੱਚ ਵਿਜ਼ਿਟ ਕਰੋਗੇ ਤਾਂ ਵੀ, ਅਦਰਵਾਈਜ਼ ਫੋਨ 'ਤੇ ਕਾਲ ਕਰਕੇ ਘਰ ਵੀ ਮੈਡੀਸਨ ਪਹੁੰਚ ਜਾਣਗੇ ਉਹਨਾਂ ਦੇ। ਬਿਲਕੁਲ ਜੀ। ਅੱਛਾ ਮੈਮ, ਹੁਣ ਜਦੋਂ ਅਸੀਂ ਟਿਊਬਲ ਬਲੋਕੇਜ ਦੀ ਗੱਲ ਕਰਦੇ ਹਾਂ, ਉਹ ਹਮੇਸ਼ਾ ਅਸੀਂ ਸੁਣਦੇ ਹਾਂ ਕਿ ਜੇਕਰ ਟਿਊਬਲ ਬਲੋਕੇਜ ਹੋ ਗਈ ਤਾਂ IVF ਸੁਜੈਸਟ ਕੀਤਾ ਜਾਂਦਾ ਹੈਗਾ, ਸੋ IVF ਤੁਸੀਂ ਦੱਸੋ ਕਿ ਇਹਦੇ ਫਾਇਦੇ ਨੇ, ਕਰਾਉਣਾ ਚਾਹੀਦਾ ਜਾਂ ਕਿਤੇ ਨਾ ਕਿਤੇ ਕੁਛ ਨੈਗੇਟਿਵ ਪੁਆਇੰਟਸ ਵੀ ਆ ਜਾਂਦੇ ਨੇ? ਬਿਲਕੁਲ, IVF ਕਿਉਂਕਿ ਐਲੋਪੈਥੀ ਵਿੱਚ ਉਹਨਾਂ ਦਾ ਕੋਈ ਹੋਰ ਵੇ ਆਊਟ ਨਹੀਂ ਹੈ ਟਿਊਬਲ ਬਲੋਕੇਜ ਦਾ, ਉਹ IVF ਹੀ ਰੈਕਮੈਂਡ ਕਰਦੇ ਹੈ, ਲੇਕਿਨ IVF ਵੱਲ ਪ੍ਰੋਸੀਡ ਨਹੀਂ ਕਰਨਾ ਚਾਹੀਦਾ ਕਿਉਂਕਿ ਹਾਰਮੋਨਸ ਜ਼ਿਆਦਾ ਇੱਕ ਫੀਮੇਲ ਬਹੁਤ ਦੇਰ ਤੱਕ ਲੈਂਦੀ ਹੈ ਅਤੇ ਉਹਦੀ ਬੋਡੀ 'ਚ ਬਾਕੀ ਬਹੁਤ ਜ਼ਿਆਦਾ ਉਹਦੇ ਸਾਈਡ ਇਫੈਕਟਸ ਆਉਂਦੇ ਨੇ, ਜਿਸ ਤਰ੍ਹਾਂ ਵੇਟ ਪੁੱਟ ਆਨ ਹੋ ਜਾਂਦਾ ਹੈ, ਔਰ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਟਿਊਬਲ ਬਲੋਕੇਜ ਦੇ ਵਿੱਚ ਸਾਈਕਲਸ ਇਰੈਗੂਲਰ ਨਹੀਂ ਹੁੰਦੇ, ਲੇਕਿਨ ਡਿਊ ਟੂ ਲੌਂਗ ਯੂਜਿਜ ਆਫ ਹਾਰਮੋਨਸ ਉਹਨਾਂ ਦੇ ਵਿੱਚ ਬਾਕੀ ਸਿੰਪਟਮਸ ਵੀ ਆਉਣੇ ਸ਼ੁਰੂ ਹੋ ਜਾਂਦੇ, ਸਾਈਕਲਸ ਇਰੈਗੂਲਰ ਹੋਣੇ ਸ਼ੁਰੂ ਹੋ ਜਾਣਗੇ, ਔਰ ਹੋਰ ਵੀ ਬੜੀਆਂ ਪ੍ਰੋਬਲਮਸ ਐਸੋਸੀਏਟਿਡ ਨੇ ਜਿਹੜੀਆਂ ਕਿ ਇੱਕ ਫੀਮੇਲ ਨੂੰ ਫੇਸ ਕਰਨੀਆਂ ਪੈ ਸਕਦੀਆਂ। ਸੋ ਹਮੇਸ਼ਾ ਜੇਕਰ ਮਤਲਬ ਕਿ ਤੁਹਾਡੀ ਗੱਲ ਕਰੀਏ ਤਾਂ IVF ਨਹੀਂ ਕਰਾਉਣਾ ਚਾਹੀਦਾ, ਸੁਜੈਸਟ ਨਹੀਂ ਕੀਤਾ ਜਾਣਾ ਚਾਹੀਦਾ। ਅੱਛਾ, ਹੁਣ ਜੇਕਰ IVF, ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਕੁਛ ਇੱਦਾਂ ਦੀਆਂ ਹੋਮ ਰੈਮੇਡੀਜ਼, ਕੁਛ ਇੱਦਾਂ ਦੀਆਂ ਹਰਬਸ ਜਾਂ ਕੋਈ ਚੀਜ਼ਾਂ ਹੈਗੀਆਂ ਨੇ ਜੇਕਰ ਅਸੀਂ ਡੇਲੀ ਰੂਟੀਨ ਦੇ ਵਿੱਚ ਯੂਜ਼ ਕਰੀਏ ਸ਼ੁਰੂ ਕਰ ਦਈਏ ਅਤੇ ਆਪਣੇ ਆਪ ਇੱਦਾਂ ਦੀ ਕੋਈ ਸਾਨੂੰ ਪ੍ਰੋਬਲਮ ਵੀ ਨਾ ਫੇਸ ਕਰਨੀ ਪਏ? ਬਿਲਕੁਲ, ਦੇਖੋ ਜਦੋਂ ਅਸੀਂ ਟਿਊਬਲ ਬਲੋਕੇਜ ਦੀ ਗੱਲ ਕਰਦੇ ਹਾਂ, ਸਾਡਾ ਲਾਈਨ ਆਫ ਟ੍ਰੀਟਮੈਂਟ ਹੀ ਰਹਿੰਦਾ ਹੈ ਕਿ ਅਸੀਂ ਬੋਡੀ ਦੇ ਵਿੱਚ ਐਸੀਆਂ ਹਰਬਸ ਭੇਜਦੀਆਂ ਨੇ ਜਿਹੜੀਆਂ ਸਲੋਲੀ ਐਂਡ ਗ੍ਰੈਜੂਅਲੀ ਆਪਣੀ ਸਕ੍ਰੈਪਿੰਗ ਐਕਸ਼ਨ ਨਾਲ ਜਿਹੜੀ ਲੇਅਰਿੰਗ ਹੋਈ ਹੋਈ ਹੈ, ਬਲੋਕੇਜ ਹੋਈ ਹੋਈ ਹੈ, ਉਹਨੂੰ ਰਿਮੂਵ ਕਰਨ, ਔਰ ਬਲੋਕੇਜ ਸਲੋਲੀ ਐਂਡ ਗ੍ਰੈਜੂਅਲੀ ਚੈੱਕ ਹੋ ਜਾਏ। ਉਹਦੇ ਵਾਸਤੇ ਸਾਡੀ ਇੱਕ ਹਲਦੀ ਜਿਹੜੀ ਹੈ, ਟਰਮਰਿਕ ਬਹੁਤ ਅੱਛੀ ਹੈ, ਪਲੱਸ ਜਿਹੜਾ ਐਲੋਵੇਰਾ ਹੈ, ਅਗਰ ਇੱਕ ਫੀਮੇਲ ਸਵੇਰੇ ਸ਼ਾਮ ਇੱਕ ਇੱਕ ਚਮਚ ਐਲੋਵੇਰਾ ਦਾ ਪੌਦਾ ਘਰ 'ਚ ਲਗਾ ਕੇ ਉਹਦੀ ਜੈਲ ਨਿਕਾਲ ਕੇ ਸਵੇਰੇ ਸ਼ਾਮ ਇੱਕ ਇੱਕ ਚਮਚ ਉਹ ਕੋਸੇ ਪਾਣੀ ਦੇ ਨਾਲ ਰੋਜ਼ ਲੈਣਾ ਸ਼ੁਰੂ ਕਰ ਦੇ, ਤਾਂ ਟਿਊਬਲ ਬਲੋਕੇਜ ਜੇ ਅਗਰ ਕਿਸੇ ਨੂੰ ਹੈ ਮਾਈਨਰ ਔਰ ਮੇਜਰ, ਸਲੋਲੀ ਐਂਡ ਗ੍ਰੈਜੂਅਲੀ ਚੈੱਕ ਹੋਣੀ ਸ਼ੁਰੂ ਹੋ ਜਾਂਦੀ ਹੈ। ਦੂਸਰਾ, ਕਿਉਂਕਿ ਸਾਡਾ ਸੈਕਿੰਡ ਲਾਈਨ ਆਫ ਟ੍ਰੀਟਮੈਂਟ ਇਹਦੇ ਵਿੱਚ ਰਹਿੰਦਾ ਹੈ, ਅਸੀਂ ਬੋਡੀ ਦੇ ਵਿੱਚ ਪਿੱਤ ਦੋਸ਼ ਨੂੰ ਵਧਾਉਣਾ ਹੁੰਦਾ। ਅਸੀਂ ਆਯੁਰਵੇਦਾ 'ਚ ਬਿਲੀਵ ਕਰਦੇ ਹਾਂ ਕਿ ਬੋਡੀ 3 ਤਰ੍ਹਾਂ ਦੇ ਦੋਸ਼ਾਂ ਦੀ ਬਣੀ ਹੋਈ ਹੈ, ਵਾਤ, ਪਿੱਤ ਐਂਡ ਕਫ। ਜੇ ਬੋਡੀ ਦੇ ਵਿੱਚ ਕਫ ਦੋਸ਼ ਵਧਿਆ ਹੋਇਆ ਹੈ ਤਾਂ ਫਿਰ ਉਸ ਫੀਮੇਲ ਦੀ ਬੋਡੀ ਦੇ ਵਿੱਚ ਟਿਊਬਲ ਬਲੋਕੇਜ ਹੋਣ ਦੇ ਚਾਂਸਿਸ ਹੁੰਦੇ ਨੇ, ਅਤੇ ਇਸ ਲਈ ਅਸੀਂ ਉਹਦੀ ਬੋਡੀ ਦੇ ਵਿੱਚ ਪਿੱਤ ਦੋਸ਼ ਨੂੰ ਇਨਕਰੀਜ਼ ਕਰਦੇ ਹਾਂ ਤਾਂ ਜੋ ਉਹਦਾ ਕਫ ਜਿਹੜਾ ਦੋਸ਼ ਆ ਉਹ ਸਟੈਬਲਾਈਜ਼ ਹੋ ਜਾਏ। ਉਹਦੇ ਵਾਸਤੇ ਬੈਸਟ ਜਿਹੜੀ ਯੋਗਾ ਮੈਂ ਰੈਕਮੈਂਡ ਕਰਦੀ ਹਾਂ ਆਪਣੇ ਪੇਸ਼ੈਂਟਸ ਨੂੰ, ਉਹ ਕਪਾਲ ਭਾਤੀ ਹੈ। ਕਪਾਲ ਭਾਤੀ ਅਗਰ ਇੱਕ ਰੂਟੀਨ ਦੇ ਵਿੱਚ ਇੱਕ ਫੀਮੇਲ 5-7 ਮਿੰਟ ਸਵੇਰੇ ਔਰ 5-7 ਮਿੰਟ ਸ਼ਾਮੀ ਅਗਰ ਉਹ ਕਰਨਾ ਸ਼ੁਰੂ ਕਰ ਦੇਗੀ, ਉਹਦੀ ਬੋਡੀ ਦੇ ਵਿੱਚ ਪਿੱਤ ਦੋਸ਼ ਵਧਣਾ ਸ਼ੁਰੂ ਹੋ ਜਾਏਗਾ, ਔਰ ਸਲੋਲੀ ਗ੍ਰੈਜੂਅਲੀ ਅਗਰ ਟਿਊਬਲ ਬਲੋਕੇਜ ਹੈ ਤਾਂ ਉਹ ਚੈੱਕ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ, ਯਾਨੀ ਕਿ ਜਿੱਥੇ ਅਸੀਂ ਐਲੋਪੈਥੀ ਦੇ ਵਿੱਚ ਕਹਿੰਦੇ ਹਾਂ IVF ਵਰਗੀਆਂ ਚੀਜ਼ਾਂ ਸਾਨੂੰ ਸੁਜੈਸਟ ਕੀਤੀਆਂ ਜਾਂਦੀਆਂ, ਉੱਥੇ ਹੀ ਜੇਕਰ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਹਲਦੀ ਨੂੰ ਯੂਜ਼ ਕਰਨਾ ਸ਼ੁਰੂ ਕਰ ਦਈਏ, ਐਲੋਵੀਰਾ ਨੂੰ ਯੂਜ਼ ਕਰਨਾ ਸ਼ੁਰੂ ਕਰ ਦਈਏ, ਜਾਂ ਫਿਰ ਕਪਾਲ ਬਾਤੀ ਯੋਗਾ ਕਰਨਾ ਸ਼ੁਰੂ ਕਰ ਦਈਏ, ਅਤੇ ਆਪਣੇ ਆਪ ਹੀ ਸਾਨੂੰ ਜਿਹੜੀ ਰਾਹਤ ਮਿਲਦੀ ਹੈ, ਸਾਡੀ ਜਿਹੜੀ ਰਿਕਵਰੀ ਹੋਣੀ ਉਹ ਸ਼ੁਰੂ ਹੋ ਜਾਂਦੀ ਹੈਗੀ ਹੈ। ਅੱਛਾ ਮੈਮ, ਬਾਈ ਚਾਂਸ ਜੇਕਰ ਪ੍ਰੋਬਲਮ ਜ਼ਿਆਦਾ ਹੀ ਵੱਧ ਚੁੱਕੀ ਹੈਗੀ ਆ, ਅਤੇ ਫਿਰ ਕੀ ਟ੍ਰੀਟਮੈਂਟ ਰਹਿੰਦਾ ਹੈਗਾ? ਇੱਕ ਇਹ ਤਾਂ ਹਰਬਸ ਹੋ ਗਿਆ, ਨੋਰਮਲ ਵੀ ਕੋਈ ਟ੍ਰੀਟਮੈਂਟ ਹੁੰਦਾ ਹੈਗਾ ਮੈਡੀਸਿਨ ਦੇ ਨਾਲ ਹੀ ਕੀਤਾ ਜਾਂਦਾ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਜਿਵੇਂ IVF ਐਲੋਪੈਥੀ ਦੇ ਵਿੱਚ ਹੈਗਾ ਇੱਦਾਂ ਹੀ ਕੋਈ ਟ੍ਰੀਟਮੈਂਟ ਕੀਤਾ ਜਾਂਦਾ? ਦੇਖੋ, ਸਾਡੇ ਆਯੁਰਵੇਦਾ ਦੇ ਵਿੱਚ ਵੀ ਅਸੀਂ ਪੰਚਕਰਮਾ ਕਰਦੇ ਹਾਂ ਟਿਊਬਲ ਬਲੋਕੇਜ ਦੇ ਵਿੱਚ। ਓਕੇ, ਇਨ ਐਡੀਸ਼ਨ ਟੂ ਇਹ ਜਿਹੜੀਆਂ ਮੈਂ ਚੀਜ਼ਾਂ ਓਰਲ ਯੂਜੇਜ ਦੱਸਿਆ ਨੇ, ਜਿਸ ਤਰ੍ਹਾਂ ਐਲੋਵੇਰਾ ਔਰ ਕਪਾਲ ਭਾਤੀ, ਇਹ ਰੂਟੀਨ ਦੇ ਵਿੱਚ ਅਗਰ ਇੱਕ ਫੀਮੇਲ ਕਰ ਰਹੀ ਹੈ ਔਰ ਪਲੱਸ ਉਹਨੂੰ ਅਸੀਂ ਮੈਡੀਸਨ ਦਿੰਦੇ ਹਾਂ, ਕਚਨਾਰ ਗੂਗਲ ਅਸੀਂ ਰੈਕਮੈਂਡ ਕਰਦੇ ਹਾਂ, ਵਰਨਾ ਦੀ ਕਛਾਇਆ ਸਾਡੀ ਇੱਕ ਬਹੁਤ ਅੱਛੀ ਮੈਡੀਸਨ ਹੈ ਟਿਊਬਲ ਬਲੋਕਰਸ ਜਿਹੜੀ ਅਸੀਂ ਦਿੰਦੇ ਹਾਂ ਰੂਟੀਨ ਫੀਮੇਲ ਨੂੰ, ਉਹਦੇ ਨਾਲ ਅਸੀਂ ਉੱਤਰ ਵਸਤੀ ਕਰਦੇ ਹਾਂ ਜਿਹੜੀ ਇੱਕ ਪੰਚਕਰਮਾ ਥੈਰੇਪੀ ਹੈ, ਉਹ ਅਸੀਂ ਰੈਕਮੈਂਡ ਕਰਦੇ ਹਾਂ ਟਿਊਬਲ ਬਲੋਕੇਜ ਦੇ ਵਿੱਚ ਫੀਮੇਲਸ ਨੂੰ। ਓਕੇ, ਸੋ ਪੰਚਕਰਮਾ ਜਿਹੜੀ ਰੈਸਿਪੀ ਆ ਉਹ ਤੁਸੀਂ ਕਰਾ ਸਕਦੇ ਹੈਗੇ। ਅੱਛਾ, ਇਹ ਉੱਥੇ ਮਿਲ ਜਾਏਗੀ, USA ਦੇ ਵਿੱਚ ਹੋ ਜਾਏਗੀ ਜਾਂ ਫਿਰ ਇੰਡੀਆ ਹੀ ਵਿਜ਼ਿਟ ਕਰਨਾ? ਪੰਚਕਰਮਾ ਵਾਸਤੇ ਇਹਨਾਂ ਨੂੰ ਇੰਡੀਆ ਹੀ ਵਿਜ਼ਿਟ ਕਰਨਾ ਪਏਗਾ, ਦਿੱਲੀ ਸਾਡਾ ਪੰਚਕਰਮਾ ਸੈਂਟਰ ਹੈ, ਜਾਂ ਮਤਲਬ ਇਹ ਟੀਮ ਨੂੰ ਅਪਰੋਚ ਕਰ ਲੈਣਗੇ, ਸਾਡੇ ਇੱਕ ਦੋ ਜਗ੍ਹਾ ਸੈਂਟਰਸ ਨੇ ਪੰਚਕਰਮਾ, ਜਿੱਥੇ ਵੀ ਪੇਸ਼ੈਂਟ ਨੂੰ ਕਨਵੀਨੀਅੰਟ ਲੱਗੇ ਉੱਥੇ ਅਸੀਂ ਉਹਨਾਂ ਦਾ ਪੰਚਕਰਮਾ ਵਿੱਚ ਉੱਤਰ ਵਸੀ ਪੇਸ਼ੈਂਟਸ ਹੀ ਕਰੀਦੀ ਹੈ। ਬਸ ਉਹ ਬਿਲਕੁਲ ਜੀ, ਉਹਦੇ ਲਈ ਵੀ
ਜੇਕਰ ਪੰਚਕਰਮਾ ਕਰਕੇ ਰਿਕਵਰੀ ਜਿਹੜੀ ਆ ਤੁਹਾਨੂੰ ਮਿਲ ਸਕਦੀ ਹੈਗੀ ਆ, ਤਾਂ ਉਹਦੇ ਲਈ ਨੰਬਰ ਜਿਹੜੇ ਨੇ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੈਗੇ ਹੋ। ਦਿੱਲੀ ਸੈਂਟਰ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਇਨਡੋਰ ਬੜੇ ਤਰ੍ਹਾਂ ਦੀ ਐਕਟੀਵਿਟੀਜ਼ ਜਿਹੜੀਆਂ ਨੇ ਉਹ ਦਿੱਲੀ ਸੈਂਟਰਸ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ। ਸਿਰਫ ਅਸੀਂ ਪੰਚਕਰਮਾ ਦੀ ਗੱਲ ਨਹੀਂ ਕਰਦੇ, ਹੋਰ ਵੀ ਬੜੀਆਂ ਬਿਮਾਰੀਆਂ, ਜੇਕਰ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ, ਐੱਚ ਆਈ ਵੀ ਦੇ ਪੇਸ਼ੈਂਟ ਉੱਥੇ ਆਉਂਦੇ ਨੇ, ਇਸ ਦੇ ਨਾਲ ਹੀ ਕੈਂਸਰ ਦੇ ਪੇਸ਼ੈਂਟ ਉੱਥੇ ਪਹੁੰਚਦੇ ਨੇ, ਇਨਫਰਟੀਲਿਟੀ ਦੇ ਪਹੁੰਚਦੇ ਨੇ, ਹੋਰ ਵੀ ਜਿੰਨੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਉਹਨਾਂ ਦੇ ਪੇਸ਼ੈਂਟ ਪਹੁੰਚਦੇ ਨੇ। ਅਤੇ ਨਾਲ ਦੀ ਨਾਲ ਇੱਕ ਜ਼ਿੰਦਗੀ ਦੇ ਵਿੱਚ ਇੰਨੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਰਿਲੈਕਸੇਸ਼ਨ ਬੜੀ ਚਾਹੀਦੀ ਹੁੰਦੀ ਆ, ਸੋ ਉਹਦੇ ਲਈ ਵੀ ਤੁਸੀਂ ਜਿਹੜਾ ਉੱਥੇ ਵਿਜ਼ਿਟ ਕਰ ਸਕਦੇ ਹੋ। ਜੇਕਰ ਇੰਡੀਆ ਦੇ ਵਿੱਚ ਤੁਹਾਡਾ ਕੋਈ ਆਪਣਾ ਹੈਗਾ, ਉਹਨਾਂ ਨੂੰ ਕਹਿ ਦਿਓ ਇੱਕ ਵਾਰੀ ਜਾ ਕੇ ਉੱਥੇ ਜ਼ਰੂਰ ਚੈੱਕਆਊਟ ਕਰਕੇ ਆਉਣ, ਪਤਾ ਲੱਗੇਗਾ, ਤੁਹਾਨੂੰ ਵੀ ਜਾਣਕਾਰੀ ਮਿਲੇਗੀ। ਜੇਕਰ ਪ੍ਰੋਬਲਮ ਇੰਡੀਆ 'ਚ ਕਿਸੇ ਨੂੰ ਹੈਗੀ ਆ, ਉਹ ਵੀ ਉੱਥੇ ਜਾ ਸਕਦੇ ਨੇ। ਬਾਕੀ ਜਦੋਂ ਤੁਸੀਂ ਵਿਜ਼ਿਟ ਕਰਨਾ ਹੋਏ ਤਦ ਵੀ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਦਰਵਾਈਜ਼ ਮੈਮ ਮੈਡੀਸਿਨ ਕਿੱਦਾਂ ਦੀਆਂ ਆਉਂਦੀਆਂ ਨੇ, ਟੈਬਲੇਟਸ ਵਗੈਰਾ ਆਉਂਦੀਆਂ ਨੇ ਜਾਂ ਕੁਛ? ਹਾਂ ਬਿਲਕੁਲ, ਟੈਬਲੇਟਸ ਆਉਂਦੀਆਂ ਨੇ, ਜਿਸ ਤਰ੍ਹਾਂ ਮੈਂ ਦੱਸਿਆ ਕਚਨਾਰ ਗੂਗਲ ਹੈ, ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਅਗਰ ਕਿਸੇ ਵੀ ਫੀਮੇਲ ਨੂੰ ਪ੍ਰੋਬਲਮ ਹੈ ਦੀ ਟਿਊਬਲ ਬਲੋਕੇਜ ਦੀ, ਤਾਂ ਕਚਨਾਰ ਗੂਗਲ ਅਸੀਂ ਉਹਨਾਂ ਨੂੰ ਰੈਕਮੈਂਡ ਕਰਦੇ ਹਾਂ, ਜਿਸ ਤਰ੍ਹਾਂ ਦੋ ਟੈਬਲੇਟਸ ਤਿੰਨ ਟਾਈਮ ਦਿਨ 'ਚ ਲੈ ਸਕਦੀ ਹੈ, ਔਰ ਵਰੁਣਾ ਦੀ ਕਸ਼ਾਇਮ ਜਿਹੜੀ ਹੈ ਵੀ ਅਸੀਂ ਉਹਨਾਂ ਨੂੰ ਰੈਕਮੈਂਡ ਕਰਦੇ ਹਾਂ। ਉਸ ਤੋਂ ਬਾਅਦ ਸਾਡਾ ਇੱਕ ਬਹੁਤ ਅੱਛਾ ਕੰਬੀਨੇਸ਼ਨ ਆਉਂਦਾ ਥਾਇਰੋ ਆਰਮਰ ਕਰਕੇ, ਜਿਹੜਾ ਕਿ US ਦੇ ਵਿੱਚ ਵੀ ਅਵੇਲੇਬਲ ਹੈ, ਅਤੇ ਉਹ ਬਹੁਤ ਅੱਛੇ ਉਹਦੇ ਰਿਜ਼ਲਟ ਨੇ PCOD ਦੇ ਵਿੱਚ, ਅਤੇ ਉਹ ਵੀ ਅਸੀਂ ਪੇਸ਼ੈਂਟਸ ਨੂੰ ਦੇ ਕੇ ਦੇਖਿਆ ਹੈ, ਔਰ ਫਿਰ ਉਹਨਾਂ ਦੀ ਚੈੱਕ ਹੋ ਜਾਂਦੀ ਹੈ। ਅੱਛਾ, ਉਹਦੇ ਲਈ ਜਿਹੜੇ USA ਦੇ ਸੈਂਟਰਸ ਨੇ ਉਹਨਾਂ ਦੇ ਵਿੱਚ ਤਾਂ ਵਿਜ਼ਿਟ ਕਰਕੇ ਤੁਸੀਂ ਆਪਣਾ ਚੈੱਕਅਪ ਕਰਵਾਈ ਸਕਦੇ ਹੋ, ਬਾਕੀ ਘਰ ਬੈਠੇ ਵੀ ਮਿਲ ਜਾਣਗੇ ਉਹਨਾਂ ਨੂੰ ਜੇਕਰ ਤੁਸੀਂ ਕਾਲ ਕਰੋਗੇ। ਅੱਛਾ ਮੈਮ, ਜਿੱਦਾਂ ਬਾਈ ਚਾਂਸ ਹੁਣ ਕਈਆਂ ਨੇ ਆਲਰੇਡੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹੁੰਦਾ ਹੈ ਨਾ, ਦੇਖ ਵੀ ਰਹੇ ਹੋਣਗੇ, ਸੋ ਉਹ ਰਿਪੋਰਟਸ ਜਿਹੜੀਆਂ ਸੈਂਡ ਕਰਨੀਆਂ ਪੈਣਗੀਆਂ, ਜਾਂ ਦੁਬਾਰਾ ਉਹਨਾਂ ਨੂੰ ਤੁਹਾਡੇ ਕੋਲੋਂ ਕੋਈ ਟੈਸਟ ਵਗੈਰਾ ਕਰਵਾਉਣੇ ਪੈਣਗੇ, ਜਾਂ ਪੁਰਾਣੀਆਂ ਰਿਪੋਰਟਸ ਦੇ ਨਾਲ ਹੀ ਟ੍ਰੀਟਮੈਂਟ ਸਟਾਰਟ ਹੋ ਜਾਏਗਾ? ਨਹੀਂ, ਅਗਰ ਤਾਂ ਉਹਨਾਂ ਦੀਆਂ ਰਿਪੋਰਟਸ ਬਹੁਤ ਪੁਰਾਣੀਆਂ ਨੇ, ਦੇਖੋ ਟਿਊਬਲ ਬਲੋਕੇਜ ਅਗਰ ਕਿਸੇ ਨੂੰ ਹੈ, ਤਾਂ ਇੱਕ ਵਾਰ ਟਿਊਬਲ ਬਲੋਕੇਜ ਅਗਰ ਹੈ ਤਾਂ ਜਦ ਤੱਕ ਉਹਨੂੰ ਟ੍ਰੀਟ ਨਹੀਂ ਕਰਵਾਵਾਂਗੇ, ਔਰ ਉਹ ਟਿਊਬਲ ਬਲੋਕੇਜ ਠੀਕ ਨਹੀਂ ਹੋ ਸਕਦੀ। ਇਸ ਲਈ ਅਸੀਂ HSG ਗ੍ਰਾਮ, ਕਿਉਂਕਿ ਕੋਸਟਲੀ ਟੈਸਟ, ਅਸੀਂ ਬਾਰ ਬਾਰ ਨਹੀਂ ਪੇਸ਼ੈਂਟ ਨੂੰ ਕਹਿੰਦੇ ਕਰਨ ਲਈ, ਤਾਂ ਉਹ ਜਿਹੜੀਆਂ ਵੀ ਉਹਨਾਂ ਦੀ ਰਿਪੋਰਟਸ ਨੂੰ ਸਾਨੂੰ ਭੇਜ ਦੇਣ, ਔਰ ਅਗਰ ਉਹਨਾਂ ਦੇ ਵਿੱਚ ਲੱਗਦਾ ਹੈ ਕਿ ਕੋਈ ਰਿਪੀਟ ਕਰਨਾ, ਜਿਸ ਤਰ੍ਹਾਂ ਹਾਰਮੋਨਸ ਸਮਟਾਈਮ ਰਿਪੀਟ ਕਰਨੇ ਪੈਂਦੇ ਆ, ਤਾਂ ਫਿਰ ਅਸੀਂ ਉਹ ਕਰਵਾ ਲੈਂਦੇ ਹਾਂ ਦੈਟ ਵੇ। ਓਕੇ, ਬਿਲਕੁਲ ਜੀ। ਬਾਕੀ ਜੀ ਤੁਸੀਂ ਰਿਪੋਰਟਸ ਜਿਹੜੀਆਂ ਉਹ ਵੀ ਸੈਂਡ ਕਰ ਸਕਦੇ ਹੋ ਆਲਰੇਡੀ, ਜੇਕਰ ਤੁਹਾਡੇ ਕੋਲ ਰਿਪੋਰਟਸ ਹੈਗੀਆਂ, ਤੁਹਾਨੂੰ IVF ਬਾਰੇ ਸੁਜੈਸਟ ਕਰ ਦਿੱਤਾ ਗਿਆ, ਬਹੁਤ ਸਾਰੇ ਨੁਕਸਾਨ ਵੀ ਉਹਦੇ ਨਾਲ ਪਹੁੰਚ ਸਕਦੇ ਆ। ਜੇਕਰ ਨੋਰਮਲੀ ਤੁਸੀਂ ਓਰਲ ਟ੍ਰੀਟਮੈਂਟ ਦੇ ਨਾਲ ਹੀ ਠੀਕ ਹੋ ਸਕਦੇ, ਮੇਰੇ ਖਿਆਲ ਦੇ ਵਿੱਚ ਇੱਥੋਂ ਵੱਡੀ ਗੱਲ ਕੋਈ ਨਹੀਂ ਹੋਏਗੀ, ਉਹਦੇ ਲਈ ਨੰਬਰ ਜਿਹੜੇ ਨੇ ਉਹ ਫਲੈਸ਼ ਹੋ ਰਹੇ ਨੇ, ਉਹਨਾਂ ਨੰਬਰ 'ਤੇ ਵੀ ਤੁਸੀਂ ਰਿਪੋਰਟ ਸੈਂਡ ਕਰ ਸਕਦੇ ਹੋ, ਦਵਾਈਆਂ ਘਰ ਬੈਠੇ ਮਿਲ ਜਾਣਗੀਆਂ ਤੁਹਾਨੂੰ। ਅਦਰਵਾਈਜ਼ ਜਿਹੜੀ ਐਂਟੀਕੇਅਰ ਐਪ ਹੈਗੀ ਆ, ਉਸ ਨੂੰ ਡਾਊਨਲੋਡ ਕਰੋ, ਉੱਥੇ ਵੀ ਆਪਣੀਆਂ ਰਿਪੋਰਟਸ ਜਿਹੜੀਆਂ ਉਹ ਤੁਸੀਂ ਸੈਂਡ ਕਰ ਸਕਦੇ ਹੋ। ਅੱਛਾ ਮੈਮ, ਇਹ ਤਾਂ ਟਿਊਬਲ ਬਲੋਕੇਜ ਹੋ ਗਈ, ਅਦਰਵਾਈਜ਼ ਇਨਫਰਟੀਲਿਟੀ ਦੇ ਹੋਰ ਕੀ ਰੀਜ਼ਨ ਹੋ ਜਾਂਦੇ ਨੇ? ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਕਿ ਦਸ ਦੇ ਵਿੱਚੋਂ 6-7 ਕਪਲ ਦੀ ਇੱਦਾਂ ਦੀ ਤਾਦਾਦ ਹੈਗੀ ਆ ਜੋ ਕਿ ਨੋਰਮਲੀ ਕੰਸੀਵ ਨਹੀਂ ਕਰ ਪਾਉਂਦੇ, ਉਹਨਾਂ ਨੂੰ ਡਾਕਟਰਸ ਦੇ ਕੋਲ ਜਾਣਾ ਹੀ ਪੈਂਦਾ ਹੈਗਾ। ਸੋ ਤੁਸੀਂ ਕੀ ਮੰਨਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਰੀਜ਼ਨ ਕੀ ਬਣਦੇ ਜਾ ਰਹੇ ਨੇ ਇਨਫਰਟੀਲਿਟੀ ਦੇ? ਦੇਖੋ, ਰੀਜ਼ਨ ਤਾਂ ਇਹੀ ਹੈ ਕਿਉਂਕਿ ਫੀਮੇਲ ਅੱਜ ਕੱਲ੍ਹ ਅਵੇਅਰ ਨਹੀਂ ਹੈ, ਡਾਇਟ ਪ੍ਰੋਪਰ ਨਹੀਂ ਹੈ ਫੀਮੇਲ ਦੀ। ਮੈਂ ਤਾਂ ਇਹੀ ਮੇਨ ਰੀਜ਼ਨ ਦੱਸਾਂਗੀ ਕਿ ਡਾਇਟ ਜਿਹੜੀ ਉਹ ਪ੍ਰੋਪਰ ਨਹੀਂ ਲੈ ਰਹੀ ਫੀਮੇਲ ਜਿਹੜੀ ਕਿ ਉਹਨਾਂ ਨੂੰ ਚਾਹੀਦੀ ਹੈ। ਅੱਜ ਕੱਲ੍ਹ ਬੋਡੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਫਾਈਟੋ ਐਸਟ੍ਰੋਜਨਸ ਦੀ ਡੈਫੀਸ਼ੈਂਸੀ ਹੋ ਰਹੀ ਹੈ, ਔਰ ਕੋਈ ਪਰਟੀਕੁਲਰ ਨਹੀਂ ਹੈ ਫੀਮੇਲਸ, ਕਿਉਂਕਿ ਲਾਈਫ ਉਹਨਾਂ ਦੀ ਇੰਨੀ ਜ਼ਿਆਦਾ ਸਟਰਗਲ ਵਾਲੀ ਹੋ ਚੁੱਕੀ ਹੈ ਕਿ ਉਹ ਧਿਆਨ ਨਹੀਂ ਦੇ ਰਹੀ ਇੱਕ ਫੀਮੇਲ ਆਪਣੀ ਡਾਇਟ ਨੂੰ, ਔਰ ਬੇਸਿਕ ਰੀਜ਼ਨ ਇਹੀ ਹੈ। ਔਰ ਬਾਕੀ ਆਪਣੀ ਬਿਲਕੁਲ ਵਿਦਆਊਟ ਕਿਸੇ ਫਿਜ਼ੀਕਲ ਐਕਟੀਵਿਟੀ ਤੋਂ ਨੇ ਫੀਮੇਲਸ ਜਿਹੜੀਆਂ ਨਹੀਂ ਯੋਗਾ ਵਗੈਰਾ ਕਰ ਰਹੀਆਂ, ਤਾਂ ਫਿਰ ਉਹ ਸਲੋਲੀ ਗ੍ਰੈਜੂਅਲੀ ਇਹ ਪ੍ਰੋਬਲਮਸ ਲਾਈਫ ਸਟਾਈਲ ਚੇਂਜਸ ਕਰਕੇ ਹੀ ਹੈ ਜਿਹੜੀ ਅੱਗੇ ਅੱਗੇ ਐਗਰੀਵੇਟ ਹੋ ਕੇ ਕੁਛ ਦੀ ਕੁਛ ਬਣ ਜਾਂਦੀ ਹੈ। ਬਿਲਕੁਲ, ਅਸੀਂ ਜਦੋਂ ਵੀ ਕੋਈ ਵੀ ਪ੍ਰੋਬਲਮ ਦੀ ਗੱਲ ਕਰਦੇ ਹਾਂ, ਰੀਜ਼ਨ ਕਿਤੇ ਨਾ ਕਿਤੇ ਲਾਈਫ ਸਟਾਈਲ ਚੇਂਜਸ ਹੀ ਨਿਕਲਦਾ, ਅਤੇ ਇਨਫਰਟੀਲਿਟੀ ਦਾ ਰੀਜ਼ਨ ਵੀ ਕਿਤੇ ਨਾ ਕਿਤੇ ਇਹੀ ਹੋ ਜਾਂਦਾ। ਅੱਛਾ ਮੈਮ, ਇੱਕ ਟਿਊਬਲ ਬਲੋਕੇਜ ਦੀ ਜਿਵੇਂ ਅਸੀਂ ਗੱਲ ਕੀਤੀ, ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ ਜਿਹਦਾ ਕਰਕੇ ਇਨਫਰਟੀਲਿਟੀ ਦਾ ਸ਼ਿਕਾਰ ਹੋ ਜਾਂਦਾ? ਹਾਂ ਬਿਲਕੁਲ, ਦੇਖੋ ਇਨਫਰਟੀਲਿਟੀ ਦੇ ਵਿੱਚ ਅਸੀਂ ਇਹ ਨਹੀਂ ਕਹਾਂਗੇ ਇਕੱਲੀ ਫੀਮੇਲ ਹੀ ਰਿਸਪੋਂਸੀਬਲ ਹੈ, ਮੇਲ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ, ਉਹਦੇ ਵਿੱਚ ਐਜ਼ੋਸਪਰਮੀਆ ਜਾਂ ਓਲੀਗੋਸਪਰਮੀਆ ਜਿਹੜਾ ਹੈ ਉਹ ਵੀ ਰਹਿ ਜਾਂਦਾ ਹੈ। ਬਹੁਤ ਮੇਨ ਫੈਕਟਰ ਸਮਟਾਈਮ ਕੀ ਹੁੰਦਾ ਕਿ ਅਸੀਂ ਸਿਰਫ ਫੀਮੇਲ ਨੂੰ ਟ੍ਰੀਟ ਕਰੀ ਜਾ ਰਹੇ ਹਾਂ, ਪ੍ਰੋਬਲਮ ਐਟ ਦਾ ਐਂਡ ਮੇਲ ਦੇ ਵਿੱਚ ਹੀ ਨਿਕਲ ਆਉਂਦੀ ਹੈ, ਅਤੇ ਇਸ ਲਈ ਦੋਨਾਂ ਨੂੰ ਹੀ ਅਵੇਅਰ ਰਹਿਣਾ ਚਾਹੀਦਾ ਹੈ। ਅਗਰ ਜਦੋਂ ਅਸੀਂ ਇਨਫਰਟੀਲਿਟੀ ਦੀ ਗੱਲ ਕਰਦੇ ਹਾਂ, ਅਸੀਂ ਪਹਿਲਾਂ ਦੋਨਾਂ ਪਾਰਟਨਰਸ ਨੂੰ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨਸ ਵਗੈਰਾ ਦੇਖ ਕੇ ਰੀਜ਼ਨ ਕਿੱਥੇ ਕੀ ਪ੍ਰੋਬਲਮ ਹੈ, ਫਿਰ ਉਸਨੂੰ ਟ੍ਰੀਟ ਕਰਦਾ ਹੈ। ਫੀਮੇਲਸ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਸੀ ਕਿ PCOD ਇੱਕ ਬਹੁਤ ਮੇਨ ਫੈਕਟਰ ਹੈ, ਦੂਸਰਾ ਟਿਊਬਲ ਬਲੋਕੇਜ ਹੈ, ਫਿਰ ਐਂਡੋਮੈਟਰੀਓਸਿਸ ਹੈ, ਅਗਰ ਕਿਸੇ ਫੀਮੇਲ ਨੂੰ ਫਾਈਬਰੋਇਡ
ਬਿਲਕੁਲ ਜੀ। ਸੋ ਇੱਕ ਜੇਕਰ ਬਾਈ ਚਾਂਸ ਕਨਸੀਵ ਨਹੀਂ ਹੋ ਰਿਹਾ ਤੇ ਦੋਨਾਂ ਨੂੰ ਹੀ ਆਪਣੇ ਟੈਸਟ ਕਰਵਾ ਲੈਣੇ ਚਾਹੀਦੇ ਨੇ, ਮੇਲ ਨੂੰ ਤੇ ਫੀਮੇਲ ਨੂੰ ਵੀ, ਕਿਉਂਕਿ ਦੋਨਾਂ ਦੇ ਵਿੱਚ ਹੋ ਸਕਦਾ ਕਿ ਮੇਲ ਦੇ ਵਿੱਚ ਵੀ ਪ੍ਰੋਬਲਮ ਹੋ ਜਾਵੇ। ਅੱਛਾ ਮੈਮ, ਰੀਜ਼ਨ ਜਿਵੇਂ ਇੱਕ ਤਾਂ ਟਿਊਬਲ ਬਲੋਕੇਜ ਔਰ ਦੂਸਰੇ ਤੁਸੀਂ ਰੀਜ਼ਨ ਦੱਸੇ PCOD ਦੱਸਿਆ ਹੈਗਾ, ਉਹਨਾਂ ਲਈ ਵੀ ਇਹੀ ਹਰਬਸ ਯੂਜ਼ ਹੋਣਗੇ, ਇਹੀ ਮੈਡੀਸਿਨ ਯੂਜ਼ ਹੋਣਗੀਆਂ ਜਾਂ ਫਿਰ ਅਲੱਗ ਹੋਣਗੇ? ਨਹੀਂ ਨਹੀਂ, ਉਹਨਾਂ ਵਾਸਤੇ ਅਲੱਗ ਅਲੱਗ, ਦੇਖੋ ਹਰ ਇੱਕ ਪ੍ਰੋਬਲਮ ਵਾਸਤੇ ਅਲੱਗ ਹਰਬ ਜਿਹੜੀ ਹੈ ਅਸੀਂ ਰੈਕਮੈਂਡ ਕਰਦੇ ਹਾਂ, ਸਾਡੀ ਜਿਹੜੀ ਫਾਰਮੂਲੇਸ਼ਨਸ ਹੈ। ਬਾਕੀ ਜਿਸ ਤਰ੍ਹਾਂ PCOD ਜਾਂ ਹੋਰ ਵੀ ਪ੍ਰੋਬਲਮਸ ਰਹਿੰਦੀਆਂ ਨੇ, ਉਹਨਾਂ ਦੇ ਵਿੱਚ ਸਿਮਟਮਸ ਜਿਸ ਤਰ੍ਹਾਂ ਆਉਂਦੇ ਨੇ ਕਿਸੇ ਫੀਮੇਲ ਨੂੰ, ਸਾਈਕਲ ਜਿਹੜੇ ਉਹਨਾਂ ਦਾ ਡਿਸਟਰਬ ਰਹਿੰਦੇ ਨੇ, ਉਹਦੇ ਵਾਸਤੇ ਫਿਰ ਅਸੀਂ ਪੁਸ਼ਪ ਧਨਵਾ ਵੀ ਰੈਕਮੈਂਡ ਕਰਦੇ ਹਾਂ। ਔਰ ਉਹਦੇ ਵਾਸਤੇ ਸਾਡੀ ਹੋਰ ਜਿਸ ਤਰ੍ਹਾਂ ਥਾਇਰੋ ਆਰਮਰ, ਮੈਂ ਦੱਸੀ ਸਾਡੀ ਬਹੁਤ ਅੱਛੀ ਫਾਰਮੂਲੇਸ਼ਨ ਹੈ ਜਿਹੜੀ ਕਿ PCOD ਦੇ ਵਿੱਚ ਵੀ ਕੰਮ ਕਰਦੀ ਹੈ ਔਰ ਸਾਡੇ ਟਿਊਬਲ ਬਲੋਕੇਜ ਦੇ ਵਿੱਚ ਵੀ ਬਹੁਤ ਅੱਛਾ ਰੋਲ ਹੈ ਇਹਦਾ। ਔਰ ਇਸ ਤਰ੍ਹਾਂ ਹੀ ਕਚਨਾਰ ਗੂਗਲ ਜਿਹੜੀ ਹੈ ਉਹਦਾ ਬਹੁਤ ਅੱਛਾ ਰੋਲ ਹੈ। ਔਰ ਬਾਕੀ ਕਿਸੇ ਵੇਲੇ ਲੋਸ ਆਫ ਲਿਬਿਡੋ ਦੇ ਕਰਕੇ ਵੀ ਇਨਫਰਟੀਲਿਟੀ ਹੋ ਜਾਂਦੀ ਹੈ, ਫਿਰ ਅਸੀਂ ਸ਼ਿਲਾਜੀਤ ਆਦਿ ਵਟੀ, ਔਰ ਬਹੁਤ ਐਸੀਆਂ ਹਰਬਸ ਨੇ ਜਿਹੜੀਆਂ, ਅਨਗਿਨਤ ਹਰਬਸ ਨੇ ਜਿਹੜੀਆਂ ਪੇਸ਼ੈਂਟ ਟੂ ਪੇਸ਼ੈਂਟ ਅਲੱਗ ਅਲੱਗ ਅਸੀਂ ਰੈਕਮੈਂਡ ਕਰਦੇ ਹਾਂ। ਜੀ ਬਿਲਕੁਲ। ਅੱਛਾ ਮੈਮ, ਇੱਕ ਗੱਲ ਹੁੰਦੀ ਹੈ ਕਿ ਜਦੋਂ ਬਾਈ ਚਾਂਸ ਐਲੋਪੈਥੀ ਦੇ ਵਿੱਚ ਜਾਣਾ ਤਾਂ ਉਹਨਾਂ ਨੂੰ ਲੱਗਦਾ ਕਿ ਸਾਡਾ ਬਹੁਤ ਜਲਦੀ ਜਿਹੜਾ ਇਲਾਜ ਹੋ ਜਾਏਗਾ, ਚਾਹੇ ਅਸੀਂ ਹੁਣ ਚਾਹੇ ਇਨਫਰਟੀਲਿਟੀ ਦੀ ਗੱਲ ਕਰ ਰਹੇ ਹਾਂ, ਅਤੇ ਉਹਨਾਂ ਨੂੰ ਹੁੰਦਾ ਕਿ ਜੇ ਅਸੀਂ ਹਰਬਸ ਲੈਣੀਆਂ ਸ਼ੁਰੂ ਕਰ ਦਿੱਤੀਆਂ, ਨੋਰਮਲ ਟੈਬਲੇਟਸ ਲੈਣੀਆਂ ਸ਼ੁਰੂ ਕਰ ਦਿੱਤੀਆਂ, ਟਾਈਮ ਬੜਾ ਲੰਬਾ ਲੱਗ ਜਾਏਗਾ। ਸੋ ਕਿੰਨੇ ਕੁ ਟਾਈਮ ਦੇ ਵਿੱਚ ਜੇਕਰ ਕੋਈ ਸ਼ਿਕਾਰ ਹੈਗਾ ਇਨਫਰਟੀਲਿਟੀ ਦਾ, ਕਨਸੀਵ ਕਰ ਸਕਦਾ ਉਹ? ਦੇਖੋ, ਟਾਈਮ ਡਿਊਰੇਸ਼ਨ ਅਗੇਨ ਜਿਹੜੀ ਹੈ ਉਹ ਪੇਸ਼ੈਂਟ ਦੀ ਬੋਡੀ ਟੂ ਬੋਡੀ ਐਕਸੈਪਟੇਬਿਲਿਟੀ ਆਫ ਹਰਬਸ 'ਤੇ ਡਿਪੈਂਡ ਕਰਦਾ, ਕਿੰਨੀ ਜਲਦੀ ਕਿਸੇ ਫੀਮੇਲ ਦੀ ਬੋਡੀ ਜਿਹੜੀ ਆ ਹਰਬ ਨੂੰ ਅਡੈਪਟ ਕਰ ਰਹੀ ਹੈ ਜਾਂ ਐਬਜ਼ੋਰਬ ਕਰ ਰਹੀ ਹੈ, ਉਨੀ ਜਲਦੀ ਹੀ ਉਹਦੇ ਵਿੱਚ ਰਿਜ਼ਲਟ ਮਿਲਦੇ ਨੇ। ਫਿਰ ਵੀ ਅਸੀਂ ਨੋਰਮਲ ਮੰਨ ਕੇ ਚੱਲਦੇ ਹਾਂ, ਅਸੀਂ 3 to 4 ਮੰਥਸ ਦਾ ਟਾਈਮ ਜਿਹੜਾ ਸਟਾਰਟਿੰਗ ਲੈ ਕੇ ਚੱਲਦੇ ਹਾਂ ਆਪਣੀਆਂ ਹਰਬਸ ਦੀ ਐਬਜ਼ੋਰਬਸ਼ਨ ਜਾਂ ਉਹਦੇ ਰਿਜ਼ਲਟ ਸ਼ੋ ਹੋਣ ਦੇ ਵਿੱਚ, ਅਤੇ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਪ੍ਰੋਪਰ ਇਹ ਟਾਈਮ ਜਿਹੜਾ ਅੱਗੇ ਲੈ ਕੇ 8 to 9 ਮੰਥਸ ਤੱਕ ਵੀ ਲੈ ਜਾਂਦੇ ਹਾਂ। ਅਤੇ ਇਸ ਲਈ ਇਹ ਜਿਹੜੀ ਆ ਟਾਈਮ ਡਿਊਰੇਸ਼ਨ ਹੈ ਡਿਪੈਂਡ ਕਰਦਾ ਅਲੱਗ ਅਲੱਗ ਪੇਸ਼ੈਂਟ ਦੀ ਬੋਡੀ 'ਤੇ, ਪੇਸ਼ੈਂਟ 'ਤੇ, ਬਿਲਕੁਲ ਜੀ, ਉਹਨਾਂ ਦੀ ਪ੍ਰੋਬਲਮ 'ਤੇ, ਉਹਨਾਂ ਦੀ ਬੋਡੀ 'ਤੇ, ਉਹਨਾਂ 'ਤੇ ਡਿਪੈਂਡ ਕਰਦਾ। ਬਾਕੀ ਜੇਕਰ ਅਸੀਂ ਸੋਚ ਰਹੇ ਹਾਂ ਕਿ ਇੱਕ ਸਾਨੂੰ ਟ੍ਰੀਟਮੈਂਟ ਜਿਹੜਾ ਹੈਗਾ ਆ ਓਪਰੇਸ਼ਨ ਜਾਂ ਉਹ ਕਰਵਾਉਣੇ ਪੈਣਗੇ, ਦੂਜੀ ਤਰਫ ਸਾਡਾ ਓਰਲ ਟ੍ਰੀਟਮੈਂਟ ਦੇ ਨਾਲ ਹੀ ਹਰਬਸ ਦੇ ਨਾਲ ਨੋਰਮਲ ਟੈਬਲੇਟਸ ਦੇ ਨਾਲ ਅਸੀਂ ਠੀਕ ਹੋ ਸਕਦੇ ਹਾਂ, ਰਿਕਵਰੀ ਹੋ ਸਕਦੀ ਹੈ, ਅਤੇ ਥੋੜ੍ਹਾ ਜਿਹਾ 2-3 ਮਹੀਨੇ ਮੇਰੇ ਖਿਆਲ 'ਚ ਵੱਧ ਵੀ ਲੱਗ ਜਾਣ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ, ਕਿਉਂਕਿ ਹਰਬਸ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਬਿਲਕੁਲ। ਔਰ ਇਹਨਾਂ ਨੂੰ ਆਪਣੇ ਆਪ ਬੋਡੀ ਦੇ ਵਿੱਚ ਪੋਜ਼ਿਟਿਵ ਚੇਂਜਸ ਵੀ ਨਜ਼ਰ ਆਉਣਗੇ, ਜਿਸ ਤਰ੍ਹਾਂ ਇਹ ਲੈਣਗੇ ਆਪਣੇ ਆਪ 'ਚ ਬਹੁਤ ਪੋਜ਼ਿਟਿਵਿਟੀ ਆਉਂਦੀ ਹੈ ਇੱਕ ਫੀਮੇਲ ਦੇ ਵਿੱਚ, ਉਹਨਾਂ ਦਾ ਮੋਰਾਲ ਡਾਊਨ ਹੋਇਆ ਹੁੰਦਾ, ਮੋਰਾਲ ਅਪ ਹੋ ਜਾਂਦਾ, ਪਲੱਸ ਜਿਸ ਤਰ੍ਹਾਂ ਯੋਗਾ ਵਗੈਰਾ, ਕਪਾਲ ਭਾਤੀ, ਔਰ ਇਨ ਰੂਟੀਨ 'ਚ ਕਰਨ, ਵੈਸੇ ਵੀ ਫਿਜ਼ੀਕਲੀ ਪੇਸ਼ੈਂਟ ਜਿਹੜੀ ਹੈ ਬਹੁਤ ਜ਼ਿਆਦਾ ਐਕਟਿਵ ਔਰ ਆਪਣੇ ਆਪ ਨੂੰ ਫਿੱਟ ਫੀਲ ਕਰਦੀ ਹੈ, ਤਾਂ ਇਸ ਲਈ ਇਟ ਹਾਰਡਲੀ ਮੈਟਰਸ ਅਗਰ ਥੋੜ੍ਹਾ ਜਿਹਾ ਟਾਈਮ ਬਾਅਦ ਟਾਈਮ ਲੱਗ ਜਾਂਦਾ, ਕਿਉਂਕਿ ਅਦਰਵਾਈਜ਼ ਅਸੀਂ ਜਦੋਂ ਦੇਖਦੇ ਹਾਂ, ਅਸੀਂ ਈਵਨ ਨੋਰਮਲੀ ਜਦੋਂ ਕੋਈ ਓਪਰੇਸ਼ਨ ਕਰਵਾਉਣ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਬੋਡੀ 'ਤੇ ਬੜੇ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਜਾਂਦੇ ਨੇ, ਬੋਡੀ ਪਹਿਲਾਂ ਵਰਗੀ ਨਹੀਂ ਰਹਿੰਦੀ ਹੈਗੀ, ਅਤੇ ਇਹਦੇ ਵਿੱਚ ਤਾਂ ਹੈ ਹੀ ਬੈਸਟ ਹੈ ਕਿ ਅੱਛੀ ਹੈਲਦੀ ਜਿਹੜੀ ਆ ਉਹ ਡਾਇਟ, ਹੈਲਦੀ ਹਰਬਸ ਜਿਹੜੀਆਂ ਉਹ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ ਨੇ, ਅਤੇ ਤੁਹਾਡੀ ਬੋਡੀ ਬਹੁਤ ਹੀ ਵਧੀਆ ਰਹਿੰਦੀ ਆ। ਸੋ ਜੀ, ਬਾਕੀ ਐਜ਼ ਏ ਸ਼ੋਅ ਦੇ ਵਿੱਚ ਟਾਈਮ ਲਿਮਿਟ ਫਿਰ ਤੋਂ ਘੱਟ ਹੈਗੀ ਆ ਜੀ, ਬਾਕੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ, ਇੱਦਾਂ ਦਾ ਕੋਈ ਵੀ ਇਸ਼ੂ ਆ ਰਿਹਾ, ਨੰਬਰ ਫਲੈਸ਼ ਹੋ ਹੀ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰ ਸਕਦੇ ਹੋ, ਤੁਸੀਂ ਡਿਸਕਸ ਕਰੋ ਜੀ ਆਪਣੀ ਪ੍ਰੋਬਲਮ, ਦਵਾਈਆਂ ਘਰ ਬੈਠੇ ਵੀ ਮਿਲ ਜਾਣਗੀਆਂ, ਸੈਂਟਰਸ ਜੇਕਰ ਨਜ਼ਦੀਕ ਹੈਗੇ ਉੱਥੇ ਵਿਜ਼ਿਟ ਜ਼ਰੂਰ ਕਰੋ, ਕੋਈ ਵੀ ਇਸ਼ੂ ਹੈਗਾ, ਹੈਲਥ ਇਸ਼ੂ ਕੋਈ ਵੀ ਹੈਗਾ, ਉੱਥੇ ਵਿਜ਼ਿਟ ਕਰ ਸਕਦੇ ਹੈਗੇ, ਤੁਸੀਂ ਆਪਣੀਆਂ ਰਿਪੋਰਟਸ ਲੈ ਕੇ ਪਹੁੰਚੋ, ਜਾਂ ਫਿਰ ਆਪਣੀਆਂ ਰਿਪੋਰਟਸ ਇਹਨਾਂ ਨੰਬਰ 'ਤੇ ਜਾਂ ਫਿਰ ਐਂਡੀਕੇਅਰ ਐਪ 'ਤੇ ਤੁਸੀਂ ਸੈਂਡ ਵੀ ਕਰ ਸਕਦੇ ਹੋ, ਉਸ ਤੋਂ ਬਾਅਦ ਜਿਹੜਾ ਤੁਹਾਡਾ ਟ੍ਰੀਟਮੈਂਟ ਆ ਉਹ ਸ਼ੁਰੂ ਹੋ ਜਾਏਗਾ, ਤੁਹਾਨੂੰ ਪ੍ਰੋਪਰ ਗਾਈਡੈਂਸ ਜਿਹੜੀ ਆ ਉਹ ਦਿੱਤੀ ਜਾਏਗੀ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਮੋਨਿਕਾ ਸ਼ਰਮਾ ਜੀ ਨੂੰ ਤੇ ਇਜਾਜ਼ਤ, ਸਤਿ ਸ਼੍ਰੀ ਅਕਾਲ।